अस्सलाम वालेकुम लहंदे ते चढ़दे पंजाब दी सांझ नूं लै के वीरो असीं अज पहुंचे हाँ तहसील बूरेवाला जिला विहाड़ी 1947 दे उजाड़िया नूं लै के असीं अज इन्हां बजुर्गों कोल पहुंचे हाँ। असीं अज जिन्हां बजुर्गों कोल पहुंचे हाँ बाबा गुलाम अहमद वल्द मौला बख्श जिन्हां दा पिछोकड़ वाला पिंड सी बुकण वाला तहसील मोगा जिला फिरोजपुर। और वीरो गलबात करते हैं आपा बाबा गुलाम अहमद होर नाल कि उन्होंने उजाड़े वेले उत्थे की वेख्या और उन्हां दा पिंड च रहन सहन किवें दा सी सारियां गल्लां करांगे आपा बाबा गुलाम अहमद होर नाल। अस्सलाम वालेकुम बाबा जी। वालेकुम सलाम जी। की नाम है तुहाडा? गुलाम अहमद। गुलाम अहमद, असीं अज आए हां तुहाडे कोल। हां जी। 1947 दे जो उजाड़े सी जी जी ओह वेखे तुसीं? हां जी वेखे। केड़ा पिंड सी उधर तुहाडा? चंगा भला वड्डा पिंड सी। मुसलमाना दी केड़ियां बरादरियां सी इहदे च? उत्थे चौहान बरादरी सी, बाकी कमिहार बैठे सीगे, ਜਲਾਏ ਬੈਠੇ ਸੀਗੇ, ਬਰਾਦਰੀਆਂ ਸੀਗੀਆਂ, ਹੋਰ ਵੀ ਹੁਣ ਤੁਹਾਡੀ ਸਾਡੀ ਚੌਹਾਨ ਬਰਾਦਰੀ। ਅੱਛਾ, ਤੁਸੀਂ ਚੌਹਾਨ ਹੋ। ਹੁਣ ਸਾਨੂੰ ਇਹ ਦੱਸਿਓ ਵੀ ਜਦੋਂ ਉੱਥੇ ਉਸ ਵੇਲੇ ਘਰ ਪੱਕੇ ਸੀ ਲੋਕਾਂ ਦੇ ਜਾਂ ਕੱਚੇ ਸੀ? ਕੱਚੇ ਵੀ ਸੀ, ਪੱਕੇ ਵੀ ਸੀ। ਪੱਕੇ ਵੀ ਸੀ? ਸਾਡੇ ਮਕਾਨ ਪੱਕੇ ਪਾਏ ਸੀ 2 ਸਾਲ ਪਹਿਲਾਂ। ਤੁਹਾਡੇ ਮਕਾਨ ਪੱਕੇ ਸੀ? ਹਾਂਜੀ। ਮੇਰਾ ਹਾਂਜੀ। ਤੁਹਾਡਾ ਘਰ ਕਿੱਥੇ ਸੀ ਬਾਬਾ ਜੀ? ਮੈਂ ਇਸ ਸ਼ਹਿਰੋਂ ਜਾਂਦਿਆਂ ਨੂੰ ਪਹਿਲਾਂ ਹੀ ਚੌਕ ਸੀਗਾ, ਨਾਲ ਅਗਲੇ ਪਾਸੇ ਖੂਹ ਸੀਗਾ ਤੇ ਅਗਲੇ ਪਾਸੇ ਦਰਖਤ ਲੱਗੇ, ਉਦੋਂ ਗਾਂ ਪਿੰਡ ਨੂੰ ਜਾਂਦੇ ਸੀ। ਇਹਦੇ ਜਾਂਦਿਆਂ ਸੱਜੇ ਹੱਥ ਮੜੀਆਂ ਬਣੀਆਂ ਸੀ ਸਿੱਖਾਂ ਦੀਆਂ ਮੜੀਆਂ। ਹਾਂ ਜੀ, ਗੋਲ ਚੱਕਰ ਦੀਆਂ। ਬਾਕੀ ਪਿੰਡ ਅੱਗੇ ਸੀਗਾ, ਸੱਜੇ ਪਾਸੇ ਸੀਗਾ। ਤੁਹਾਡਾ ਘਰ ਖੂਹ ਕੋਲ ਸੀ? ਹਾਂ, ਸਾਡਾ ਪਿੰਡ ਦਾ ਵੜੀਆਂ ਪਹਿਲਾਂ ਸਾਰੇ ਸਾਡਾ ਪਿੰਡ ਆਉਂਦਾ ਸੀ, ਮਕਾਨ ਆਏ, ਮਕਾਨ ਤੋਂ ਗਾਂ ਫਿਰ ਅੱਗੇ ਜਾਂਦੇ ਸੀਗੇ। ਖੂਹ ਹੋਰ ਵੀ ਹੈਗੇ ਸੀ? ਨਹੀਂ, ਖੂਹ ਅੱਗੇ ਸੀਗੇ, ਖੂਹ ਇੱਥੇ ਜਿਹੜੇ ਜਾਂਦੇ ਪਹਿਲਾਂ ਖੂਹ ਸੀ, ਇੱਥੇ ਲੋਕ ਪਾਣੀ ਭਰਦੇ ਸੀ, ਦਰਖਤਾਂ ਦੇ ਥੱਲੇ ਜਾਨਵਰ ਬੰਨਦੇ ਸੀਗੇ। ਪੱਤੀਆਂ ਦੋ ਪੱਤੀਆਂ ਸੀ, ਕਿਸੇ ਪੱਤੀ ਸੀ, ਕੋਲ ਨਾਂ ਨੀ ਮੈਨੂੰ ਪਤਾ ਪੱਤੀਆਂ ਕਿਹੜੀਆਂ ਸੀ, ਦੋ ਪੱਤੀਆਂ ਪਿੰਡ ਦੀਆਂ। ਅੱਛਾ, ਪੱਤੀਆਂ ਦੋ ਸੀ। ਨੰਬਰਦਾਰ ਸਿੱਖ ਸੀ ਮੁਸਲਮਾਨ? ਨੰਬਰਦਾਰ ਉਦੋਂ ਗੁਲਜ਼ਾਰ ਸਿੰਘ ਸੀਗਾ, ਉਹ ਸਿੱਖਾਂ ਦੁਸ਼ਮਣਾਂ ਨੇ ਮਾਰਤਾ ਸੀਗਾ। ਉਹਦਾ ਨਾਮ ਗੁਲਜ਼ਾਰ ਸਿੰਘ ਸੀ? ਗੁਲਜ਼ਾਰ ਸਿੰਘ ਜੀ, ਦੁਸ਼ਮਣਾਂ ਨੇ ਮਾਰਤਾ ਸੀ ਪਹਿਲਾਂ 2 ਸਾਲ। ਕੱਚੀ ਮਸੀਤ ਜਾਂਦੇ ਨੇ ਪਹਿਲਾਂ ਸੱਜੇ ਹੱਥ ਸ਼ਹਿਰੋਂ ਜਾਂਦੇ ਨੇ, ਸੱਜੇ ਹੱਥ ਕੱਚੀ ਮਸੀਤ ਸੀ। ਮੈਨੂੰ ਤਾਂ ਇੰਨਾ ਯਾਦ ਨੀ ਗਾ, ਮੇਰੇ ਦਾਦੇ ਹੁਣਾਂ ਨੂੰ ਪਤਾ ਸੀਗਾ ਵੀ ਕਿਹਦਾ ਕਿਹਦਾ ਰਕਬਾ ਨਾਲ। ਉਹ ਖੂਹਾਂ ਤੇ ਪਾਣੀ ਜ਼ਿਆਦਾ ਪਲਦੇ, ਖੂਹ ਚੱਲਦੇ ਸੀ, ਨਹਿਰ ਵੀ ਹੈ ਸੀ, ਨਹਿਰ ਦਾ ਪਾਣੀ ਬਾਅਦ ਚ ਆਉਂਦਾ ਸੀਗਾ, ਪਹਿਲੇ ਖੂਹ ਚੱਲਦੇ ਸੀ। ਇਹ ਜਿਹੜਾ ਜਿੱਥੇ ਪਾਣੀ ਪਾਤੀ ਇਹ ਵੀ ਖੂਹ ਚੱਲਦਾ ਸੀਗਾ। ਮੇਲਾ ਵੀ ਲੱਗਦਾ ਸੀ ਤੁਹਾਡੇ ਨੇੜੇ? ਮੇਲਾ ਮੁਕਤਸਰ ਦਾ ਕਹਿੰਦੇ ਹੁੰਦੇ ਸੀ, ਮੇਲਾ ਲੱਗਦਾ ਜੀ। ਹੁਣ ਸਾਨੂੰ ਇਹ ਦੱਸਿਓ ਇਹ ਜਿਹੜਾ ਪਿੰਡ ਸੀ ਬੁੱਕਣ ਵਾਲਾ, ਹਾਂਜੀ, ਇਹਦੇ ਲਾਗੇ ਲਾਗੇ ਪਿੰਡ ਕਿਹੜੇ ਸੀ? ਇਹਦੇ ਲਾਗੇ ਲਾਗੇ ਘਰ ਸੀਗੇ, ਸਿੰਘਾਂ ਵਾਲਾ ਸੀਗਾ, ਤੇ ਬਾਕੀ ਸੀਗਾ ਖੋਸੇ ਸੀਗੇ। ਸਾਨੂੰ ਨਾਂ ਵੀ ਦੱਸੋ ਕਿਸੇ ਸਿੱਖਾਂ ਦੇ ਜਿਨ੍ਹਾਂ ਦੇ ਤੁਹਾਨੂੰ ਯਾਦ ਹੈ ਅੱਜ 73 ਸਾਲ ਹੋ ਗਏ ਇਸ ਗੱਲ ਨੂੰ। ਇੱਕ ਦਾ ਨਾਂ ਤਾਂ ਗੁਲਜ਼ਾਰ ਸੀ ਜਿਹੜਾ ਫੌਤ ਹੋ ਗਿਆ, ਬਾਕੀ ਤੁਹਾਨੂੰ ਕਹਿੰਦੇ ਸੀ, ਉਹ ਨਾਲ ਸਿੱਖ ਸੀ ਸਾਡੇ ਪਿੰਡ ਦੇ ਨਾਲ, ਤੁਹਾਨੂੰ ਉਹਦਾ ਧਾਨ ਸਿੰਘ ਸੀਗਾ, ਤੁਹਾਨੂੰ ਕਹਿੰਦੇ
ਤੁਹਾਨੂੰ ਜ਼ਿਆਦਾ ਮਸ਼ਹੂਰ ਸੀਗਾ। ਅੱਛਾ, ਬਸ ਇਹ ਯਾਦ ਆ ਪੈਣਾ। ਤੇ ਹੋਰ ਵੀ ਕੋਈ ਨਾਂ ਲਏ ਸੀ ਤੁਸੀਂ? ਉਹ ਨਾ ਹੁਣ ਖੇਡਾਂ ਕਿਹੜੀਆਂ ਖੇਡਦੇ ਹੁੰਦੇ ਸੀ ਬਾਬਾ ਜੀ ਉਸ ਵੇਲੇ? ਖੇਡਾਂ ਖੱਦੋ ਖੁੱਡੀ ਖੇਡਦੇ ਸੀਗੇ, ਬਸ ਲੱਕੜੀਆਂ ਬਣਾ ਕੇ ਕੁੱਦ ਬਣਾ ਕੇ ਦੇ ਨਾਲ ਖੇਡਦੇ, ਜਾਂ ਫੁੱਟਬਾਲ ਖੇਡਦੇ, ਹੋਰ ਕੁਛ ਨਹੀਂ। ਜਾਂ ਕੋਟੀ ਬਾਡੀ ਜਿਹੜੇ ਚੌਕ ਬੰਨੇ ਖੇਡੀ, ਕੋਟੀ ਬਾਡੀ ਖੇਡਦੇ ਸੀ। ਪਿੰਡ ਦੀ ਕੋਈ ਹੋਰ ਗੱਲਬਾਤ ਚੇਤੇ ਹੋਵੇ ਉਸ ਵੇਲੇ ਦੀ, ਕੋਈ ਲੜਾਈ ਝਗੜੇ ਬਾਦੀ ਰਹਿੰਦੇ ਸੀ? ਅੱਛਾ ਅੱਛਾ, ਜਾਂ ਜਿਨ੍ਹਾਂ ਦੇ ਨਾਲ ਤੁਹਾਡੇ ਵਾਲਾ ਸਾਹਿਬ ਹੋਣਾ ਦੇ ਬਹੁਤ ਤਲਕ ਹੋਣ ਸਿੱਖਾਂ 'ਚੋਂ? ਹੁਣ ਇੰਨੀ ਗੱਲ ਯਾਦ ਨਹੀਂ ਸਿੱਖਾਂ ਦੇ ਵਾਲਾ ਸਾਹਿਬ ਨੂੰ, ਪੁਰਾਣੇ ਬਜ਼ੁਰਗ। ਅੱਛਾ, ਸਾਨੂੰ ਇਹ ਦੱਸਿਓ ਵੀ ਜਦੋਂ ਰਾੜਾ ਪਿਆ, ਹਾਂਜੀ, ਫਿਰ ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਹੁਣ ਸਾਨੂੰ ਇੱਥੋਂ ਜਾਣਾ ਪੈਣਾ? ਸਰ, ਸ਼ਹਿਰ ਮੋਗੇ 'ਚ ਇੱਕ ਸ਼ੇਖ ਸੀ, ਉਹਦਾ ਨਾਮ ਮੈਨੂੰ ਯਾਦ, ਉਹਨੂੰ ਕਤਲ ਕਰਤਾ ਸੀ ਮੈਂ ਪਹਿਲਾਂ ਸਾਰੇ। ਹਾਂ, ਮੁਸਲਮਾਨ ਸੀ, ਉਹਨੂੰ ਸਿੱਖ ਨੂੰ ਕਤਲ ਕਰਤਾ। ਉਹਦੇ ਬਾਅਦ ਹੱਲਾ ਗੁੱਲਾ ਸ਼ੁਰੂ ਹੋ ਗਿਆ, ਫਿਰ ਪਿੰਡ 'ਚ ਬੰਦੇ ਆਉਂਦੇ ਰਹੇ ਸਿੱਖ ਇਕੱਠੇ ਹੋ ਕੇ ਹਮਲਾ ਕਰਨ ਵਾਸਤੇ, ਪਿੰਡ ਵਾਲੇ ਰੋਕਦੇ ਰੱਖਦੇ ਰਹੇ। ਅਖੀਰ 'ਤੇ ਜਦੋਂ ਰੋਜ਼ਾਂ ਦੀ ਈਦ ਵਾਲੇ ਦਿਨ ਅਸੀਂ ਰਾਤ ਨੂੰ ਨਿਕਲੇ ਘਰੋਂ, ਸਾਨੂੰ ਸਿੱਖ ਨੂੰ ਤਲਵੰਡੀ ਆ ਕੇ ਛੱਡ ਕੇ ਗਏ। ਤੁਹਾਨੂੰ ਛੱਡ ਕੇ ਗਏ ਆਪ ਸਾਰਿਆਂ ਨੂੰ? ਘੱਲਾਂ ਵਾਲੇ ਪਹੁੰਚੇ, ਘੱਲਾਂ ਤੋਂ ਤਲਵੰਡੀ, ਉਦੋਂ ਹਜ਼ੂਰ ਮੁਸਲਮਾਨ ਵੀ ਆ ਗਈ, ਫਿਰ ਵਾਪਸ ਆ ਗਏ। ਅੱਛਾ, ਉੱਥੇ ਤਲਵੰਡੀ ਕੈਂਪ ਲੱਗਿਆ ਸੀ? ਨਹੀਂ, ਕੈਂਪ ਨਹੀਂ, ਉੱਥੇ ਮੁਸਲਮਾਨ ਦੀ ਆਬਾਦੀ ਜ਼ਿਆਦਾ ਸੀ, ਫਿਰ ਉੱਥੇ ਤਲਵੰਡੀ ਚਲੇ ਗਏ। ਹਾਂ, ਉੱਥੋਂ ਫਿਰ ਉੱਥੇ ਅਸੀਂ ਅੱਠ ਦਸ ਦਿਨ ਰਹੇ, ਉੱਥੇ ਜਾ ਕੇ ਰਿਹਾਇਸ਼ ਪੂਰੀ ਕਰ ਲਈ। ਉੱਥੋਂ ਤੁਸੀਂ ਫਿਰ ਤਲਵੰਡੀ 8-7 ਦਿਨ ਰਹੇ? ਉੱਥੇ 8-10 ਦਿਨ ਰਹਿ ਕੇ ਬਜ਼ੁਰਗ ਸਾਡੇ ਕਹਿਣ ਲੱਗੇ, ਸ਼ਹਿਰਾਂ 'ਚ ਹੱਲਾ ਗੁੱਲਾ ਹੁੰਦਾ, 4-10 ਰਹਾਂਗੇ, ਇੱਥੇ ਮੁੜ ਕੇ ਚਲੇ ਜਾਂਗੇ, ਫਿਰ ਪਿੱਛੇ ਚਲੇ। ਹਾਂ, ਵਾਪਸ ਚਲੇ ਜਾਣਾ ਘਰ। ਉੱਥੋਂ ਦੇ ਵੱਡਾ ਮੁਸਲਮਾਨ ਸੀਗਾ, ਉਹ ਮਤਲਬ ਰਾਤੋ ਰਾਤ ਨਿਕਲ ਗਿਆ, ਸਿੱਖਾਂ ਨੇ ਫੌਜ ਆ ਕੇ ਉਹਨਾਂ ਨੇ ਮਤਲਬ ਕਤਲਗਾਰ ਸ਼ੁਰੂ ਕੀਤੀ। ਮੁਸਲਮਾਨ ਲੜਦੇ ਰਹੇ, ਜਦੋਂ ਬੇਹਾ ਹੱਦ ਹੋ ਗਏ, ਉਦੋਂ ਫਿਰ ਭਾਈਚਾਰਾ ਘਰਾਂ ਤੋਂ ਬਾਹਰ ਨਿਕਲ ਗਏ, ਜਿਹਦੇ ਨੂੰ ਕਹਿੰਦਾ ਮੂੰਹ ਫੇਰੇ ਵਧਣ ਚਲੇ ਗਏ ਤਲਵੰਡੀ। ਹਾਂ, ਤਲਵੰਡੀ 8-10 ਦਿਨ ਉੱਥੇ ਰਹੇ ਅਸੀਂ, ਉੱਥੇ ਫਿਰ ਹੱਲਾ ਗੁੱਲਾ ਹੋ ਗਿਆ। ਹਾਂ ਜੀ, ਹੱਲਾ ਗੁੱਲਾ, ਸਿੱਖ ਆ ਕੇ ਕਤਲ ਕਰਦੇ ਰਹੇ, ਆ ਕੇ ਲੜਾਈ ਹੁੰਦੀ ਰਹੀ ਮੁਸਲਮਾਨਾਂ ਕੋਲ, ਲੜਦੇ ਰਹੇ ਨੇ। ਬਾਅਦ 'ਚ ਫਿਰ ਹੱਲਾ ਗੁੱਲਾ ਪੈ ਗਿਆ, ਜਦੋਂ ਬੇਬਾਸ ਹੋ ਗਏ ਮੁਸਲਮਾਨ, ਫਿਰ ਉਹਨਾਂ ਨੇ ਕਿਹਾ ਵੀ ਜਿੱਦਣ ਚਲਾ ਜਾਣਾ ਜਾ ਲੈ ਜਾਓ ਮੁਸਲਮਾਨ। ਫਿਰ ਤੁਸੀਂ ਕਿੱਧਰ ਗਏ? ਮਗਰ ਇਕੱਲੇ ਇਕੱਲੇ ਜਿੱਦਣ ਮੂੰਹ ਚਲੇ, ਉਦੋਂ ਭਾਈਚਾਰੇ ਰਹੇ। ਕੋਈ ਉੱਥੇ ਸ਼ਹੀਦ ਵੀ ਹੋਇਆ ਆਪਣਾ? ਸ਼ਹੀਦ ਬਹੁਤ ਬੰਦੇ ਹੋਏ ਉੱਥੇ ਆਪਣੇ? ਹਾਂਜੀ। ਕੌਣ ਸ਼ਹੀਦ ਹੋਇਆ? ਮੇਰੇ ਦਾਦੀ ਸੀ, ਮੇਰੇ ਦਾਦਾ ਸੀ, ਉੱਥੇ ਫੌਤ ਹੋਏ ਤਲਵੰਡੀ। ਹਾਂਜੀ, ਮੇਰਾ ਚਾਚਾ ਸੀ ਜਿਹੜਾ, ਉਹ ਜ਼ਖਮੀ ਹੋਇਆ ਸੀ ਸਾਰਾ। ਮੇਰੀ ਚਾਚੀ ਸੀ, ਉਹਦੇ ਇੱਥੇ ਗੋਲੀਆਂ ਨਿਕਲੀਆਂ ਸੀ ਗਲੇ ਵਿੱਚ, ਸ਼ਹਿਰਾਂ ਨਾਲ। ਅਤੇ ਇੱਕ ਮੇਰਾ ਚਾਚਾ ਸੀਗਾ, ਉਹ ਵੀ ਜ਼ਖਮੀ ਹੋਇਆ ਸੀਗਾ। ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਨਿਕਲੇ ਅਤੇ ਕਿੱਧਰ ਗਏ? ਅਸੀਂ ਫਿਰ ਅਗਲੇ ਪਾਸੇ ਮੁਸਲਮਾਨ ਇਕੱਠੇ ਹੋ ਗਏ, ਉਹ ਬਾਰਿਸ਼ਾਂ ਪੈਣੀਆਂ ਸ਼ੁਰੂ ਹੋ ਗਈਆਂ। ਅਗਲੇ ਪਾਸੇ ਨਹਿਰ ਸੀਗੀ, ਨਹਿਰ ਤੋਂ ਇਕੱਲੇ ਇਕੱਲੇ ਕਰਕੇ ਉਹਨੂੰ ਬੰਦਿਆਂ ਨੂੰ ਲਗਾਏ ਜਾਂਦੇ ਸੀ ਪੈਸੇ, ਜਿਹੜੇ ਔਰ ਲਈ ਜਾਂਦੇ 10,000 ਰੁਪਈਏ ਛੱਡਦੇ ਸੀ, ਉਹ ਜਿਹੜੇ ਸਿੱਖ ਬੈਠੇ ਸੀ ਉਹ ਕੱਢ ਕੱਢ ਕੇ ਨਹਿਰ 'ਚ ਸਿੱਖ ਜਾਂਦੇ, ਉਹ ਆਪਦੇ ਪੈਸੇ ਲੈ ਜਾਂਦੇ, ਇਕੱਲੇ ਇਕੱਲੇ ਮੁਸਲਮਾਨ ਨੂੰ ਲਗਾਉਂਦੇ ਸੀ। ਅੱਛਾ, ਅਤੇ ਉਹ ਸ਼ਹੀਦ ਵੀ ਕਰੀ ਜਾਂਦੇ? ਹਾਂ, ਸ਼ਹੀਦ ਕਰਕੇ ਨਹਿਰ ਸੁੱਟੀ ਜਾਂਦੇ ਸੀ ਫਿਰ। ਹਾਂਜੀ, ਫਿਰ ਲੰਘੇ, ਫਿਰ ਥੋੜ੍ਹੇ ਦਿਨ ਬਾਅਦ ਫੌਜ ਦੀ ਮਿਲਟਰੀ ਆ ਗਈ, ਗੋਰਮਾ ਫੌਜ ਆ ਗਈ, ਗੋਰਖਾ। ਹਾਂ, ਗੋਰਖਾ ਫੌਜ ਆ ਗਈ, ਤਾਂ 10-8 ਕੁ ਬੰਦੇ ਹੋਣਗੇ ਜਿਹੜੇ ਫੌਜ 'ਚ ਸੀਗੇ, ਉਹ ਉਹਨਾਂ ਨੇ ਆ ਕੇ ਘੇਰਾ ਪਾ ਲਿਆ, ਉਹਨਾਂ ਦੇ ਬੰਦੇ ਜਿਹੜੇ ਸੀ ਰੋਕ ਲਏ ਉੱਥੇ, ਬਾਰਿਸ਼ਾਂ ਬਹੁਤ ਪੈਂਦੀਆਂ, ਪਾਣੀ ਖੜ੍ਹਾ ਸੀਗਾ। ਉਹਨਾਂ ਨੇ ਫਿਰ ਸਾਰੇ ਮੁਸਲਮਾਨ ਐਲਾਨ ਕਰ ਦਿੱਤਾ, ਅਸੀਂ ਉਹਨੂੰ ਪਾਕਿਸਤਾਨ ਲੈ ਕੇ ਚੱਲਾਂਗੇ, ਪਾਕਿਸਤਾਨ ਲੈ ਕੇ ਚੱਲਾਂ। ਹਾਂ, ਪਾਕਿਸਤਾਨ ਲੈ ਕੇ ਉਹ ਫਿਰ 4 ਸਵੇਰੇ ਉਹ ਜਿਹੜੇ ਬੰਦੇ ਤੋਂ ਅੱਗੇ ਤੋਂ ਪਿੱਛੇ ਪਾਸੇ ਹੋ ਕੇ ਫਿਰ ਕਾਫਲਾ ਲੈ ਕੇ ਤੁਰ ਪੈਂਦੇ। ਕਾਫਲਾ ਇੰਨਾ ਵੱਡਾ ਸੀਗਾ ਵੀ ਸਾਰੇ ਰਾਤ ਚੱਲਦਾ ਰਹਿੰਦਾ, ਅੱਗੋਂ ਬਹਿ ਜਾਂਦੇ, ਪਿੱਛੇ ਤੁਰੇ ਆਉਂਦੇ, ਇਸ ਤਰ੍ਹਾਂ ਜੀ। ਅੱਛਾ, ਇਸ ਤਰ੍ਹਾਂ ਚੱਲਦਾ ਰਿਹਾ ਮਹੀਨਾ, ਫਿਰ ਆ ਕੇ ਮਖੂ ਆ ਗਏ। ਮਖੂ ਆ ਕੇ ਫਿਰ ਉੱਥੇ ਜਿਹੜਾ ਕੋਈ ਕੋਈ ਚੀਜ਼ ਸੀ ਉਹ ਉੱਥੇ ਲਈ ਜਾਂਦੇ ਰਹੇ, ਅਤੇ ਗਾਂ ਅਗਲੇ ਪਾਸੇ ਮੁਸਲਮਾਨ ਨੂੰ ਲਗਾਈ ਜਾਂਦੇ ਸੀ। ਕਸੂਰ ਆ ਗਏ, ਕਸੂਰ ਆ ਕੇ ਭੁੱਖੇ 'ਚ ਆਏ ਬੰਦੇ ਸੀਗੇ, ਉਹਨਾਂ ਨੂੰ ਮਤਲਬ ਭੁੱਖੇ 'ਚ ਆਏ ਜੀ, ਅੱਗੋਂ ਰੋਟੀਆਂ ਦਿੰਦੇ ਸੀਗੇ, ਪੱਕੀਆਂ ਪਕਾਈਆਂ, ਇੱਕ ਇੱਕ ਰੋਟੀ ਜਾਂ ਸਾਲਣ, ਉਹ ਬੰਦੇ ਖਾ ਕੇ ਅਤੇ ਮਤਲਬ ਖਾਂਦੇ 'ਚ ਉੱਥੇ ਹੈਜਾ ਹੋ ਗਿਆ, ਉੱਥੇ ਬੰਦਾ ਬਹੁਤ ਮਰੇ ਗਾਂ, ਇਸ ਤਰ੍ਹਾਂ ਫਿਰ ਗਾਂ ਟੁਰਿਆ ਨੇ। ਇੱਥੋਂ ਫਿਰ ਅਸੀਂ ਆ ਕੇ ਕਾਨੇਗੜ੍ਹ 'ਚ ਆ ਗਏ, ਕਾਨੇਗੜ੍ਹ ਸਾਡੇ ਦੋ ਬੰਦੇ ਅਜੀਜ਼ ਸੀਗੇ ਜਿਹੜੇ ਸਿਆਣੇ ਸੀਗੇ, ਉਹ ਫਿਰ ਸਾਨੂੰ ਲੈ ਕੇ ਅਸੀਂ ਮਤਲਬ ਦੋਹਰਿਆ ਦੋਹਰਿਆ। ਠੀਕ।